बातचीत करते हुए रैली में अपनी जेब कटवाया चुके लोगों ने बताया कि हम विक्रमजीत सिंह मजीठिया की रैली में आज आए थे, वहां हमारी जेब कतारों द्वारा जेब काट ली गई है, जिसमें उनके पर्स में रखे आधार कार्ड व जरूरी कागजात भी जेब कतारों से उड़े। वहीं पिछले दिनों मुखबिर सिंह बादल द्वारा भी फाजिलका में रैली की गई थी, उस रैली में भी जब जेब कतारों का शिकार हुआ कुछ लोग मीडिया के रूबरू हुए। उन्होंने बताया कि इस रैली में भी उनके भारी चपत लगी है, जिसकी उन्होंने सीसीटीवी फुटेज भी निकलवाई, जिसमें एक हरे रंग का स्वेटर पहने आदमी बार बार आके उनके पीछे खड़ा हो जाता है और उनकी जेब काट कर चला बनता है। ऐसे ही कम से कम 5 लोग शिकार हुए हैं, जिनकी जेब पर जेब कतारों ने इन रैलियों का लाभ उठाते हुए इनको हजारों रुपए की चपत लगा दी। यह लोग 5 सरपंचों के कहने पर इन रैलियों में आए थे, लेकिन इनकी गूढ़ी कमाई को जेब कतार चपत कर ले गए। मोंटी कुमार की रिपोर्ट, भारत न्यूज टीवी। ਆ ਬੀਟੀਆ ਜੀ ਦੀ ਰੈਲੀ ਤੇ ਆਇਆ ਸੀ ਜੀ। ਸਾਡੀ ਵਾਰ ਤਾਂ ਐਮ ਸੀ ਦਿਆਲ ਸਿੰਘ ਮੇਰਾ ਨਾਮ ਹੈ ਜੀ। ਇੱਥੇ ਆ ਕੇ ਚੋਰਾਂ ਨੇ ਪਰਸ ਕੱਢ ਲਿਆ ਜੀ, ਲਗਭਗ 27,000 ਰੁਪਏ ਔਰ ਕਾਗਜ਼ੀ ਕੀਮਤੀ ਵਿੱਚ ਜਿਹੜੇ ਆਏ ਸੀ, ਡਰਾਈਵਰ ਏਜੰਸੀ ਆਧਾਰ ਕਾਰਡ ਸੀ ਜੀ। ਕੋਈ ਕੰਪਲੇਂਟ ਕੀਤੀ ਤੁਸੀਂ ਪੁਲਿਸ ਨੂੰ? ਨਹੀਂ, ਕੋਈ ਕੰਪਲੇਂਟ ਨਹੀਂ ਕੀਤੀ, ਹੁਣ ਤਾਂ ਜੀ ਹੁਣ ਪਤਾ ਚੱਲਿਆ ਜੀ। ਕਾਫੀ ਲੋਕਾਂ ਦੇ ਇੱਥੇ ਨਿਕਲੇ, ਕਿਸੇ ਨੇ ਦੇਖਿਆ ਨਹੀਂ ਸ਼ੱਕੀ ਆਦਮੀ ਨੂੰ? ਨਹੀਂ, ਕੋਈ ਪਤਾ ਨਹੀਂ ਚੱਲਿਆ, ਤੁਹਾਨੂੰ ਤਾਂ ਬਾਹਰ ਹੁਣੇ ਪਤਾ ਚੱਲਿਆ ਜੀ, ਜਦੋਂ ਦੇਖਿਆ ਦੇ ਵਿੱਚ ਪਰਸ ਹੈ ਨਹੀਂ। ਕਿੱਥੇ ਆਏ ਸੀ ਅੱਜ ਤੁਸੀਂ? ਅੱਜ ਤਾਂ ਜਲਾਲਾਬਾਦ ਆਏ ਸੀ, ਸਾਡਾ ਪਰਸ 20 ਦਸੰਬਰ 2018 ਨੂੰ ਫਾਜ਼ਿਲਕਾ ਨਿਕਲਿਆ ਸੀ ਪੈਲਸ ਜੀ, ਉਹਦੇ ਸੁਖਬੀਰ ਜੀ ਆਏ ਸੀ ਉੱਥੇ ਜੀ, ਜਿੱਥੇ ਸਾਡਾ 6,500 ਰੁਪਇਆ ਸੀ, ਬਾਕੀ ਅਸਲੇ ਦੇ ਕਾਗਜ਼, ਲਾਇਸੈਂਸ ਵਗੈਰਾ ਸਾਰੇ ਜੋ ਜ਼ਰੂਰੀ ਕਾਗਜ਼ ਜਿੰਨੇ ਪੈਨ ਕਾਰਡ ਆਧਾਰ ਕਾਰਡ ਸਾਰਾ ਵਿੱਚ ਸੀ ਜਿੱਥੇ ਜੀ, ਅਤੇ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਆ, ਅਸੀਂ ਵੀਡੀਓ ਉੱਥੇ ਪੈਲਸ 'ਚੋਂ ਕਢਾ ਕੇ ਲਿਆਏ ਸੀ, ਉੱਥੋਂ ਵੀ ਬਣਾ ਕੇ ਉਹਦੀ ਉਹ ਅਸੀਂ ਅੱਜ ਦਿੱਤੀ ਹੈ ਪੱਤਰਕਾਰਾਂ ਨੂੰ, ਕਿਉਂਕਿ ਪੱਤਰਕਾਰਾਂ ਦੀ ਅੱਜ ਨਿਕਲੇ ਆ ਜੀ, ਸ਼ਾਇਦ ਹੋ ਸਕਦਾ ਕੋਈ ਹੱਲ ਹੋ ਜਾਏ ਜੀ। ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ? ਨਹੀਂ ਕਰੀ, ਕੰਪਲੇਂਟ ਨਹੀਂ ਕਰੀ ਅਸੀਂ ਕੋਈ। ਕੀ ਅਕਾਲੀ ਦਲ ਦੇ ਵਰਕਰ ਹੋ ਤੁਸੀਂ? ਹਾਂ, ਵਰਕਰ ਹੀ ਅਕਾਲੀ ਦਲ ਦੇ। ਪਾਰਟੀ ਦੇ ਵਿੱਚ ਕੋਈ ਗੱਲ ਕੀਤੀ ਤੁਸੀਂ? ਪਾਰਟੀ 'ਚ ਜੀ ਅਸਾਂ ਅਸੀਂ ਕੋਈ ਗੱਲ ਨਹੀਂ ਕਰੀ, ਜਿਹੜੇ ਚਲੋ ਨਿਕਲ ਗਿਆ ਜਿਹੜੀ ਗੱਲ, ਪਾਰਟੀ ਦਾ ਕਸੂਰ ਹੀ ਕੋਈ ਨਹੀਂ ਇਸ ਚੀਜ਼ 'ਚ। ਵਰਕਰ ਅਕਾਲੀ ਪਾਰਟੀ ਤਾਂ ਨਹੀਂ ਕਹਿੰਦੇ ਵੀ ਚੋਰ ਮਾਲ ਆ, ਉੱਥੇ ਆਪਾਂ ਪੈਸੇ ਕਢਾਈ ਗਏ ਚੋਰ ਕਰਦਾ। ਅਕਾਲੀ ਦਲ ਦੇ ਵਰਕਰ ਜੇਬ ਕਤਰਿਆਂ ਤੋਂ ਤਾਂ ਪਰੇਸ਼ਾਨ ਹੈ? ਪਰੇਸ਼ਾਨ ਹੈ ਜਿਹੜੀ ਚੀਜ਼ ਇਸ ਚੀਜ਼, ਸਾਡੇ ਆਪਦੇ ਨਿਕਲੇ ਇਸ ਤਾਂ ਕਰਕੇ ਕਹਿੰਦੇ ਵੀ ਜਿਹੜੀ ਚੀਜ਼ ਪਰੇਸ਼ਾਨ ਤਾਂ ਹਰ ਬੰਦਾ ਹੁੰਦਾ, ਜਿਹਦਾ ਨੁਕਸਾਨ ਹੁੰਦਾ ਹੁੰਦਾ ਹੀ ਆ ਪਰੇਸ਼ਾਨ। ਆਪਣੇ ਵਿਕਰਮ ਸਿੰਘ ਮਜੀਠੀਆ ਦੀ ਰੈਲੀ 'ਚ ਆਏ ਸੀ ਜੀ, ਇੱਥੇ ਜੇਬ ਤੋਂ ਰਸ਼ ਹੋਣ ਕਾਰਨ ਪਰਸ ਚੋਰੀ ਕਰ ਲਿਆ ਗਿਆ, ਜਿਸ ਦੇ ਵਿੱਚ 2500 ਦੇ ਕਰੀਬ ਰੁਪਏ ਸੀ ਅਤੇ ਇੱਕ ਆਧਾਰ ਕਾਰਡ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ, ਕੁਝ ਹੋਰ ਜ਼ਰੂਰੀ ਕਾਗਜ਼, 2 ਸਿੰਮਾਂ ਸੀਗੀਆਂ। ਪੁਲਿਸ ਨੂੰ ਸ਼ਿਕਾਇਤ ਕੀਤੀ ਹੈ? ਨਹੀਂ ਕਰੀ ਜੀ, ਬਸ ਹੁਣ ਰੈਲੀ ਖਤਮ ਹੋਈ ਹੈ, ਇਸ ਤੋਂ ਬਾਅਦ ਕੰਟੈਕਟ ਕਰਾਂਗੇ ਪੁਲਿਸ ਨਾਲ। ਤੁਸੀਂ ਅਕਾਲੀ ਦਲ ਦੇ ਵਰਕਰ ਹੋ? ਅਸੀਂ ਪਿੰਡ ਤੌਰ 'ਤੇ ਆਏ ਸੀ, ਵਰਕਰ ਵੀ ਹੈਗੇ ਹਾਂ ਅਤੇ ਪਿੰਡ ਤੌਰ 'ਤੇ ਅਸੀਂ ਆਏ ਸੀ। ਕੀ ਪਾਰਟੀ ਤੁਹਾਡੀ ਕੋਈ ਮਦਦ ਕਰੇਗੀ ਜਿਵੇਂ ਤੁਹਾਡੇ ਪੈਸੇ ਕੱਢੇ ਗਏ? ਸਾਨੂੰ ਤਾਂ ਨਹੀਂ ਲੱਗਦਾ ਜੀ ਪਾਰਟੀ ਕੋਈ ਮਦਦ ਕਰੇਗੀ। ਕਿੰਨੇ ਕੁ ਲੋਕਾਂ ਦੇ ਪਤਾ ਲੱਗਿਆ ਵੀ ਪੈਸੇ ਨਿਕਲੇ ਨੇ? ਇੱਥੇ ਪ੍ਰੈਸ ਨੂੰ ਵੀ ਬਖਸ਼ਿਆ ਗਿਆ ਜੀ, 2-3 ਪੱਤਰਕਾਰਾਂ ਦੇ ਜੇਬਾਂ ਵੀ ਕੱਟੀਆਂ ਗਈਆਂ, ਜਿਨ੍ਹਾਂ ਦੇ 1-3 ਹਜ਼ਾਰ ਦੇ ਕਰੀਬ, ਕੋਈ 65 ਦੇ ਕਰੀਬ ਦੱਸ ਰਹੇ ਸੀ।